ਹਜ਼ੂਰ ਸਰਕਾਰ ਦੀ ਗੱਲ ਹੋਈ ਤੇ ਦੋ ਤਿੰਨ ਸ਼ੇਰ ਮੌਲਾ ਅਲੀ ਸਰਕਾਰ ਦੇ ਉਹ ਕਸੀਦਾ ਲਿਖਦੇ ਨੇ ਲੋਕ ਤੇ ਮਲੰਗ ਨੂੰ ਪਰੇਸ਼ਾਨ ਕਰ ਦਿੰਦੇ ਉੱਠ ਮਲੰਗਾ ਬੈਠ ਮਲੰਗਾ ਭੱਜ ਮਲੰਗਾ ਚੱਲ ਮਲੰਗਾ ਲਓ ਜੀ ਖੁਦਾ ਸ਼ਾਹ ਹੈ ਤੇ ਮੈਂ ਮਲੰਗ ਨੂੰ ਕੁਛ ਨਹੀਂ ਕਿਹਾ ਸ਼ਾਹ ਜ਼ੋਰ ਜਰੀ ਸਾਹਬੇ ਅਸਰਾਰ ਅਲੀ ਹੈ ਸ਼ਾਹ ਜ਼ੋਰ ਜਰੀ ਸਾਹਬੇ ਅਸਰਾਰ ਅਲੀ ਹੈ ਸ਼ਮਸ਼ੀਰ ਬਕਫ ਕੁਵਤ ਅਬਰਾਰ ਅਲੀ ਹੈ ਬੜੀ ਨਵਾਜ਼ਿਸ਼ ਬੜੀ ਮੁਹੱਬਤ ਮੈਨੂੰ ਪਤਾ ਹੁੰਦਾ ਨਾ ਇੱਥੇ ਜ਼ੌਕ ਕਿਸ ਤਰ੍ਹਾਂ ਦਾ ਤੇ ਮੈਂ ਮੰਗ ਕੇ ਟਾਈਮ ਲੈ ਕੇ ਵੀ ਆਉਂਦਾ ਸ਼ਾਹ ਜ਼ੋਰ ਜਰੀ ਸਾਹਬੇ ਅਸਰਾਰ ਅਲੀ ਹੈ ਸ਼ਮਸ਼ੀਰ ਬਕਫ ਕੁਵਤ ਅਬਰਾਰ ਅਲੀ ਹੈ ਜ਼ੀਨਤ ਹੈ ਜ਼ਮੀਨ ਕੀ ਤੋ ਵਹੀ ਅਰਸ਼ ਕੀ ਰੌਣਕ ਜ਼ੀਨਤ ਹੈ ਜ਼ਮੀਨ ਕੀ ਜ਼ੀਨਤ ਹੈ ਜ਼ਮੀਨ ਕੀ ਤੋ ਵਹੀ ਅਰਸ਼ ਕੀ ਰੌਣਕ ਮੇਰਾਜ ਮੈਂ ਕਹਤੇ ਹੈ ਯੇ ਸਰਕਾਰ ਜੀਓ ਜੀਓ ਕਿਆ ਜ਼ੀਨਤ ਹੈ ਜ਼ਮੀਨ ਕੀ ਤੋ ਵਹੀ ਅਰਸ਼ ਕੀ ਰੌਣਕ ਮੇਰਾਜ ਮੈਂ ਕਹਤੇ ਹੈ ਕਿ ਸਰਕਾਰ ਅਲੀ ਹੈ ਵਾਹ ਵਾਹ ਵੋ ਹਜ਼ਰਤ ਇਕਬਾਲ ਨੇ ਜੋ ਜ਼ਿਕਰ ਕੀਆ ਹੈ ਇਸਲਾਮ ਕੇ ਦਾਮਨ ਮੇਂ ਵੋ ਹਜ਼ਰਤ ਇਕਬਾਲ ਨੇ ਜੋ ਜ਼ਿਕਰ ਕੀਆ ਹੈ ਉਸ ਜ਼ਰਬ ਯਦੁੱਲਾ ਕਾ ਜ਼ਰਬਕਾਰ ਅਲੀ ਹੈ ਸੁਭਾਨ ਅੱਲਾ ਸੁਭਾਨ ਵੋ ਹਜ਼ਰਤ ਇਕਬਾਲ ਨੇ ਜੋ ਜ਼ਿਕਰ ਕੀਆ ਉਸ ਜ਼ਰਬ ਯਦੁੱਲਾ ਕਾ ਜ਼ਰਬਕਾਰ ਅਲੀ ਹੈ ਸੁਭਾਨ ਅੱਲਾ ਸੁਭਾਨ ਅੱਲਾ ਜਿਸ ਜਾ ਵੀ ਕੀਆ ਯਾਦ ਅਲੀ ਪਹੁੰਚੇ ਮਦਦ ਕੋ ਵਾਹ ਜਿਸ ਜਾ ਵੀ ਕੀਆ ਯਾਦ ਅਲੀ ਪਹੁੰਚੇ ਮਦਦ ਕੋ ਹੱਕ ਇਹ ਹੈ ਕਿ ਮੁਸ਼ਕਿਲ ਮੈਂ ਮਦਦਗਾਰ ਅਲੀ ਹੈ ਸੁਭਾਨ ਅੱਲਾ ਸੁਭਾਨ ਅੱਲਾ ਜਿਸ ਜਾ ਵੀ ਕੀਆ ਯਾਦ ਜੀਓ ਜੀਓ ਅਲੀ ਪਹੁੰਚੇ ਮਦਦ ਕੋ ਕਿਆ ਬਾਤ ਹੈ ਜਿਸ ਜਾ ਵੀ ਕੀਆ ਯਾਦ ਅਲੀ ਪਹੁੰਚੇ ਮਦਦ ਕੋ ਹੱਕ ਇਹ ਹੈ ਕਿ ਮੁਸ਼ਕਿਲ ਮੈਂ ਮਦਦਗਾਰ ਅਲੀ ਹੈ ਪੁੱਛੇ ਜੋ ਕੋਈ ਮੁਝਸੇ ਤੇਰਾ ਕੌਣ ਹੈ ਮੌਲਾ ਪੁੱਛੇ ਜੋ ਕੋਈ ਮੁਝਸੇ ਤੇਰਾ ਕੌਣ ਹੈ ਮੌਲਾ ਇਕਬਾਲ ਯੇ ਕਹਿ ਦੂੰਗਾ ਸਰੇਦਾਰ ਅਲੀ ਹੈ ਪੁੱਛੇ ਜੋ ਕੋਈ ਮੁਝਸੇ ਤੇਰਾ ਕੌਣ ਹੈ ਮੌਲਾ ਇਕਬਾਲ ਯੇ ਕਹਿ ਦੂੰਗਾ ਸਰੇਦਾਰ ਅਲੀ ਹੈ ਸ਼ਾਹ ਜ਼ੋਰ ਜਰੀ ਸਾਹਬ ਅਸਰਾਰ ਅਲੀ ਵਾਹ ਵਾਹ